ਕਹਿੰਦੇ ਨੇ ਮੇਰੇ ਨਾਲ ਦਿਲਜੀਤ ਦੋਸਾਂ ਦੇ ਚਾਚਾ ਜੀ ਨੇ ਤੇ ਇਹ ਕਦੇ ਇਹ ਵੀ ਉਮੀਦ ਨਾ ਆਈ ਵੀ ਅਸੀਂ ਸਿੰਘੂ ਬਾਰਡਰ ਤੇ ਇੰਨਾ ਲੰਮਾ ਸਮਾਂ ਬੈਠਾਂਗੇ ਜੇ ਉਹ ਉੱਥੇ ਕਰਕੇ ਗਿਆ ਸਪੋਰਟ ਤੇ ਚਾਚਾ ਉਹਦਾ ਵੀ ਘੱਟ ਨਹੀਂ ਉਹ ਪਹਿਲੇ ਦਿਨ ਤੋਂ ਇੱਥੇ ਮੋਰਚੇ 'ਤੇ ਡਟਿਆ ਛੋਟੇ ਹੁੰਦੇ ਵੀ ਉਹ ਢੋਲਕੀ ਮਗਰ ਸ਼ਬਦ ਕੀਰਤਨ ਜਾਂ ਗੀਤ ਉਹਨੂੰ ਵੀ ਗਾਉਣ ਦਾ ਸ਼ੌਂਕ ਸੀਗਾ ਕੰਗਨਾ ਨੇ ਇੰਨਾ ਕੁਛ ਕਿਹਾ ਉਹਨਾਂ ਨੇ ਕਰਾਰੇ ਕਰਾਰੇ ਜਵਾਬ ਦਿੱਤੇ ਹੈਗੇ ਕਿ ਕੰਗਨਾ ਵੀ ਸੋਚ ਰਹੀ ਹੋਣੀ ਕਿ ਇਹਦੇ ਨਾਲ ਮੱਥਾ ਲਾ ਲਿਆ ਇਹ ਪੁੱਠਾ ਬੰਗਾ ਲੈਲਾ ਜੱਟੀਏ ਬੋਗਦੇ ਸਿੰਘਾਂ ਨੂੰ ਹੱਥ ਲਾ ਕੇ ਭਾਵੇਂ ਸੜਕਾਂ ਦੇ ਸੁਣਦੇ ਜੱਟ ਤੇਰੀ ਮਹਿਲਾਂ 'ਚ ਵੀ ਦਿੱਲੀ ਲੱਗਦੀ ਨੱਕ ਦਿੱਲੀਏ ਇਸ ਕਰਕੇ ਅਸੀਂ ਬੇਧੜਕ ਹੋ ਗਏ ਇੱਥੇ ਸੁਣਦੇ ਹਾਂ ਕਹਿੰਦੇ ਨੇ ਕਿ ਚਾਹ ਉੱਤੇ ਚਰਚਾ ਕੀਤੀ ਜਾਂਦੀ ਹੈ ਲੇਕਿਨ ਅੱਜ ਚਾਹ ਦੇ ਰਾਹੀਂ ਮੈਨੂੰ ਅਜਿਹੀ ਸ਼ਖਸੀਅਤ ਮਿਲ ਗਈ ਜਿਸ ਦੀ ਗੱਲਬਾਤ ਕਰਨ ਦੇ ਲਈ ਬੜੇ ਬੜੇ ਸਿਤਾਰੇ ਅਤੇ ਬੜੇ ਬੜਾ ਕਲਾਕਾਰ ਜੋ ਹੈ ਹਮੇਸ਼ਾ ਨਾਂ ਲੈਂਦੇ ਨੇ ਮੇਰੇ ਨਾਲ ਦਿਲਜੀਤ ਦੋਸਾਂਝ ਦੇ ਚਾਚਾ ਜੀ ਨੇ ਜੋ ਦੋਸਾਂਝ ਤੋਂ ਪਹੁੰਚੇ ਨੇ ਸਿੰਘੂ ਬਾਰਡਰ 'ਤੇ ਤੁਸੀਂ ਜਦ ਸਿੰਘੂ ਬਾਰਡਰ ਪਹੁੰਚੇ ਤੁਸੀਂ ਕਦੇ ਸੋਚਿਆ ਸੀ ਕਿ ਇਹ ਸਿੰਘੂ ਬਾਰਡਰ ਦਾ ਰਸਤਾ ਜੋ ਲੋਕਾਂ ਲਈ ਰਾਹ ਦਿੰਦਾ ਸੀ ਦਿੱਲੀ ਦੇ ਲਈ ਅੱਜ ਇੱਥੇ ਜੋ ਹੈ ਲੋਕ ਪਰੇਸ਼ਾਨ ਬੈਠੇ ਨੇ ਠੰਡ ਦੇ ਵਿੱਚ ਇੱਥੇ ਬੈਠੇ ਹੋਏ ਨੇ ਇਹ ਮੈਂ ਇਮੈਜਿਨ ਨਾ ਹੀ ਕੀਤਾ ਬਹੁਤ ਵਾਰੀ ਮੈਂ ਦਿੱਲੀ ਨੂੰ ਆਇਆ ਜੇ ਪੁਰਾਣਾ ਦੱਸਿਆ ਜਾਵੇ ਪਹਿਲੀ ਵਾਰੀ ਮੈਂ ਏਸ਼ੀਆ 1972 'ਚ ਕਾਲਜ ਜਾਂ ਪੜ੍ਹਦਾ ਸੀਗਾ ਉਹ ਐਗਜੀਬਿਸ਼ਨ ਦੇਖਣ ਆਇਆ ਸੀ ਚੁੱਪ ਕਰਕੇ ਘੁੰਮ ਕਰਕੇ ਕਾਰ 'ਚ ਲੰਘ ਜਾਈਦੇ ਸੀ ਅਤੇ ਇਹ ਕਦੇ ਇਹ ਵੀ ਉਮੀਦ ਨਾ ਆਈ ਵੀ ਅਸੀਂ ਸਿੰਘੂ ਬਾਰਡਰ 'ਤੇ ਇੰਨਾ ਲੰਮਾ ਸਮਾਂ ਬੈਠਾਂਗੇ ਹੁਣ ਅੱਜ ਕਿਸਾਨੀ ਘੋਲ ਨੂੰ ਲੈ ਕੇ ਬੈਠੇ ਹਾਂ ਬੜਾ ਚੰਗਾ ਲੱਗ ਰਿਹਾ ਔਰ ਦੂਜੀ ਗੱਲ ਇਹ ਆ ਵੀ ਸਾਇੰਸੀ ਆਪਣਾ ਦੇਖ ਰਹੇ ਹਾਂ ਘਰ ਹੀ ਬਣਾ ਕੇ ਬੈਠੇ ਹਾਂ ਸਾਨੂੰ ਕੋਈ ਚਿੰਤਾ ਨਹੀਂ ਹੈਗੀ ਅਸੀਂ ਇਹ ਮੋਰਚੇ ਬਾਰੇ ਜੋ ਵੀ ਕੁਐਸਚਨ ਪੁੱਛਣਾ ਅਸੀਂ ਇਹ ਜਿੱਤ ਕੇ ਜਾਵਾਂਗੇ ਬੇਧੜਕ ਜੀ ਜੀ ਜਿੱਤ ਕੇ ਤਾਂ ਆਪਾਂ ਜਾਵਾਂਗੇ ਇੱਕ ਸਟੇਜ ਦਿੱਤੀ ਗਈ ਹੈ ਜਿੱਥੇ ਸਾਰੇ ਕਲਾਕਾਰ ਕਿਸਾਨ ਆਗੂ ਬਹੁਤ ਭਾਈਚਾਰਾ ਜਿਹਾ ਹੈ ਬੋਲ ਕੇ ਜਾਣਾ ਜਦ ਤੁਸੀਂ ਆਪਣੇ ਪੁੱਤ ਦੀ ਆਵਾਜ਼ ਸੁਣੀ ਉੱਥੋਂ ਕਿ ਉਹ ਸਿੰਘੂ ਬਾਰਡਰ ਪਹੁੰਚ ਕੇ ਕਿਸਾਨਾਂ ਦੇ ਹੱਕ ਲਈ ਗੱਲ ਕਰ ਰਿਹਾ ਕਿਵੇਂ ਦਾ ਮਹਿਸੂਸ ਹੋਇਆ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਪਿੰਡ ਨੂੰ ਉਹਦਾ ਨਾਂ ਵਰਲਡ ਦੇ ਵਿੱਚ ਉਹਦਾ ਹੈਗਾ ਹੀ ਹੈਗਾ ਪਰ ਉਹਨ ਇੱਕ ਆਹ ਕੰਮ ਜਿਹੜਾ ਕਿਸਾਨਾਂ ਦੀ ਮਦਦ ਉਹਨੂੰ ਕਿਹਾ ਵੀ ਹੈ ਮੈਂ ਕਿਸਾਨ ਦਾ ਪੁੱਤ ਹਾਂ ਕਿਸਾਨ ਕਿਉਂਕਿ ਸਾਡੇ ਹੱਡਾਂ 'ਚ ਰਚਿਆ ਰੋਮ 'ਚ ਰਚਿਆ ਸਾਡੇ ਬਾਬਿਆਂ ਦਾਦਿਆਂ ਮੈਂ ਖੇਤੀ ਕਰਦਾ ਪਰ ਦੂਜੀ ਗੱਲ ਇਹ ਹੈ ਵੀ ਇਹ ਕੋਈ ਉਹਦੇ ਕੰਮ 'ਚ ਬਾਕੀ ਉਹਦੀ ਐਕਟਿੰਗ 'ਚੋਂ ਜਿਹੜਾ ਉਹ ਕਿਸਾਨ ਦਾ ਫਿਲਮਾਂ 'ਚ ਵੀ ਉਹ ਜ਼ਾਹਰ ਹੁੰਦਾ ਆ ਇਸ ਕਰਕੇ ਸਾਨੂੰ ਬਹੁਤ ਮਾਣ ਹੋਇਆ ਅਤੇ ਜੇ ਉਹ ਉੱਥੇ ਕਰਕੇ ਗਿਆ ਸਪੋਰਟ ਅਤੇ ਚਾਚਾ ਉਹਦਾ ਵੀ ਘੱਟ ਨਹੀਂ ਉਹ ਪਹਿਲੇ ਦਿਨ ਤੋਂ ਇੱਥੇ ਮੋਰਚੇ 'ਤੇ ਡਟਿਆ ਉਹਨਾਂ ਚਿਕਰ ਵਾਪਸ ਨਹੀਂ ਜਾਂਦਾ ਜਿੰਨਾ ਚਿਕਰ ਇਹ ਸੰਘਰਸ਼ ਜਿੱਥਿਆਂ ਨਹੀਂ ਜਾਂਦਾ ਦਿਲਜੀਤ ਦੋਸਾਂਝ ਜੀ ਬਹੁਤ ਸਾਰੀ ਗੱਲਾਂ ਹਮੇਸ਼ਾ ਵਾਇਰਲ ਹੁੰਦੀਆਂ ਨੇ ਬਹੁਤ ਇੰਟਰਵਿਊਜ਼ ਵਾਇਰਲ ਹੁੰਦੇ ਨੇ ਕਿਹਾ ਜਾਂਦਾ ਕਿ ਬਹੁਤ ਛੋਟੇ ਸੀਗੇ ਤਾਂ ਉਹਨਾਂ ਨੂੰ ਲੁਧਿਆਣੇ ਭੇਜ ਦਿੱਤਾ ਗਿਆ ਸੀ ਅਤੇ ਬਹੁਤ ਨਾਰਾਜ਼ ਹੋਏ ਸੀ ਆਪਣੇ ਪਿਤਾ ਤੋਂ ਕਿ ਮੈਂ ਜਾਣਾ ਨਹੀਂ ਸੀ ਚਾਹੁੰਦਾ ਮੈਨੂੰ ਭੇਜਤਾ ਜ਼ਬਰਦਸਤੀ ਉਹ 8ਵੀਂ ਤੱਕ ਢਾਂਕ ਲੈਣਾ ਪੜਿਆ ਉਹਦਾ ਕਾਰਨ ਇਹ ਸੀਗਾ ਮਾਮਾ ਉਹਦਾ ਦਵਿੰਦਰ ਸਿੰਘ ਸੋਢੀ ਉਹ ਲੁਧਿਆਣੇ ਰਹਿੰਦਾ ਸੀਗਾ ਉਹਦੀਆਂ ਬਹੁਤ ਸਾਰੀਆਂ ਕੇਸਟਾਂ ਉਹ ਇੱਕ ਚੋਟੀ ਦੇ ਕੇ ਜਿਹੜੇ ਕਥਾਵਾਚਕ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਨਾਂ ਆ ਅਤੇ ਟੀ ਸੀਰੀਜ਼ ਨੇ ਬਹੁਤ ਸਾਰੀਆਂ ਉਹਨਾਂ ਦੀਆਂ ਕੇਸਟਾਂ ਕੱਢੀਆਂ ਆ ਉਹ ਉਧਰਲੇ ਪਾਸੇ ਨੂੰ ਲੜਨਾ ਚਾਹੁੰਦਾ ਸੀਗਾ ਆਪਣੇ ਨੂੰ ਉਹਨੂੰ ਤਬਲੇ ਧਾਮੇ 'ਤੇ ਲਿਆਇਆ ਸੀਗਾ ਪਰ ਉਹਦਾ ਦਿਲ ਇੱਧਰ ਨੂੰ ਨਾ ਸੀ ਕਿਉਂਕਿ ਹੁਣ ਆਰ ਬਿਰਭਾਗੇ ਚਕਨੇ ਚਕਨੇ ਪਾਤ ਸਾਡੇ ਪਿੰਡ 3 ਨਗਰ ਕੀਰਤਨ ਨਿਕਲਦੇ ਆ ਜਦ ਨਗਰ ਕੀਰਤਨ ਹੁੰਦਾ ਸੀ ਉਹ ਵੀ ਅਤੇ ਮੈਂ ਵੀ ਛੋਟੇ ਹੁੰਦੇ ਵੀ ਉਹ ਢੋਲਕੀ ਮਗਰ ਸ਼ਬਦ ਕੀਰਤਨ ਜਾਂ ਗੀਤ ਉਹਨੂੰ ਵੀ ਗਾਉਣ ਦਾ ਸ਼ੌਂਕ ਸੀਗਾ ਇਸ ਕਰਕੇ ਉਹਨੇ ਜਦ ਇੱਥੇ ਲੱਗਾ ਤਾਂ ਉਹਦਾ ਦਿਲ ਨਹੀਂ ਲੱਗੇਗਾ ਉਹ 9ਵੀਂ 'ਚ 10ਵੀਂ 'ਚ ਪੜ੍ਹਦਾ ਸੀਗਾ ਜਦ ਹਜੇ ਉਮਰ ਉਹਦੀ 17 ਸਾਲ ਦੀ ਸੀਗੀ ਤਾਂ ਉਹਦੀ ਪਹਿਲੀ ਕੇਸਟ ਜਿਹੜੀ ਆ ਤਿਆਰ ਹੋ ਗਈ ਸੀਗੀ ਅਤੇ ਪਹਿਲਾਂ ਜਿੱਦਾਂ ਸਮਾਜ ਦੇ ਵਿੱਚ ਚੰਗਾ ਨਹੀਂ ਸਮਝਦੇ ਪਰ ਨਹੀਂ ਪਰ ਉਹ ਬਾਅਦ ਦੇ ਵਿੱਚ ਉਹਦੀ ਮਿਹਨਤ ਸਦਕਾ
मेहनत देखो जिस दी भी होवे मेहनत एक ना एक दिन रंग लेके आनी है क्योंकि मेहंदी तो काली होंगी है जब रंग लेके जाती है खूबसूरत हो जाती है तो मेहनत रंग लियाई है। मैं वो पहली कैसट जी इश्क का उड़ा वो थानू जिस वेले कहो जहा उस वेले भी फोटो दिखाऊंगा बाद के बच्चे दिखा तो इस करके बहुत खुशी हुई है। तो जो भी उन्हें किया किसानी तो मैनू माण आदि डैडी माण आदि मम्मी माण साढ़े सारे भाईचारे रिश्तेदार सबनों पिंड वाल और सारे माण आ। कंगना ने इन्ना कुछ किया उन्होंने ए करारे करारे जवाब दिते है कि कंगना भी सोच रही होनी कि ये मत्था ला लिया मैं ये पुट्ठा पंगा ले ला जटीए बोगदे सिंघां नूं हथ ला के वह गल आ भी पंगा मोदी ने भी पुट्ठा ही ले लिया है वो पछताऊगा बई मैं दस दिना मोदी ने भी वो सुपने च डर डर उठ रहा है भावें वो मन नहीं रहा वो जिदा गीत चलता बोलता मैनू और नहीं भावें सड़कों के सौंदे जट तेरी महलों से भी दिलिए लगती नक दिलिए इस करके असं बेधड़क हो गए इतने सुनने सानू कोई क्योंकि किसान तो जे थका हो बाण दे बच्चे सौ जाता है इन्हों जे राज वजीर आ जा मंत्री आ जा प्रधानमंत्री इन्हों गद्दियां ते भी नींद नहीं आती जब टेंशन हो। बाबा जी उदा पंजाब ने बहुत हंडाया है ना 47 वेखी 84 वेखी है ना हूँ अज का जो दौर देख रहे आप सोचते हैं कि साड़ी आने वाली पीढ़ियाँ जो हैं वो ये चीज़ा ना देख ये जो संघर्ष है ये आजादी की लड़ाई तो बाद पहला एक मास मूवमेंट बनी है जो मास मूवमेंट बनी थी जो अजीत सिंह ने भगतों के चाचे ने यह संघर्ष लड़िया था जो अगे मैं टीचर होने के नाते गल करदा पहला असं इतिहास पढ़ाते पढ़ते रहे हैं ये जड़ा अज असी इतिहास सरज रहे आने वाले समय से आने वाली जनरेशन नस्ल ये जब इतिहास बहुत सारा मटीरियल इकट्ठा हो गया जोड़ा इतिहास लिखा जा रहा और ये बच्चे आने वाले वो पढ़ने बे उस वेले ਕਿਹੜੇ ਕਿਹੜੀ ਜਥੇਬੰਦੀਆਂ ਨੇ ਕਿਹੜੇ ਕਿਹੜੇ ਬਜ਼ੁਰਗਾਂ ਨੇ ਕਿਹੜੇ ਕਿਹੜੇ ਨੌਜਵਾਨਾਂ ਨੇ ਇਸ ਸੰਘਰਸ਼ 'ਚ ਪਾਰਟੀਸਪੇਟ ਕੀਤਾ ਔਰ ਜਿੱਤ ਤੇ ਲੈ ਕੇ ਇਹ ਵੀ ਬੜੀ ਦੇਖਣ ਵਾਲੀ ਗੱਲ ਹੈ ਨਾ ਕਿ ਪੂਰਾ ਪਰਿਵਾਰ ਉੱਠ ਕੇ ਇੱਥੇ ਆ ਰਿਹਾ ਪਿੱਛੇ ਦੀ ਜ਼ਿੰਮੇਵਾਰੀ ਕੰਧੇ ਨੂੰ ਸੌਂਪ ਕੇ ਆ ਰਹੇ ਨੇ ਬਾਰੀ ਬਾਰੀ ਸਭ ਦੀ ਟਰਨ ਆ ਰਹੀ ਆ ਹਰ ਕੋਈ ਪਰਿਵਾਰ ਤੋਂ ਮੈਂਬਰ ਦੇ ਨੇ ਆ ਰਹੇ ਨੇ ਹੁਣ ਜੇ 26 ਜਨਵਰੀ ਨਜ਼ਦੀਕ ਆ ਗਈ ਹੈ ਸੱਦਾ ਦਿੱਤਾ ਗਿਆ ਕਿ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣਾ ਹੈਗਾ ਉਹਨੂੰ ਜੇ ਹੈ ਸਫਲ ਬਣਾਉਣ ਦੇ ਲਈ ਜਿੰਨੇ ਵੀ ਟਰੈਕਟਰ ਹੈ ਜਾਂ ਫਿਰ ਕਿਸਾਨ ਨੇ ਉਹ ਜ਼ਰੂਰ ਇੱਥੇ ਪਹੁੰਚਣ ਇਹ ਪਹੁੰਚਣ ਨਹੀਂ ਪਹੁੰਚ ਰਹੇ ਆ ਗੱਡੀ ਜਿੱਦਾਂ ਅੱਗੇ ਨਿਆਣੇ ਹੁੰਦੇ ਇੱਦਾਂ ਇੱਟਾਂ ਖੜੀਆਂ ਕਰਕੇ ਉਹਨੂੰ ਇੱਕ ਨੂੰ ਇੱਟ ਨੂੰ ਧੱਕਾ ਲੈ ਜਾਂਦੀ ਔਰ ਰੇਲ ਬਣ ਜਾਂਦੀ ਸੀਗੀ ਉਹ ਇਹ ਅਸੀਂ ਖੇਡਦੇ ਰਹੇ ਹਾਂ ਉਹ ਇਹ ਜਿਹੜੇ ਕਿਸਾਨ ਆ ਉਹ ਇੱਕ ਟਰੈਕਟਰ ਦੇ ਮਗਰ 7-7 8-8 ਟਰੈਕਟਰ ਬੰਨ੍ਹ ਕੇ ਖਿੱਚ ਕੇ ਇੱਥੇ ਰੇਲ ਬਣਾ ਕੇ ਲਿਆਉਣਗੇ ਔਰ ਮੇਰੇ ਪਿੰਡੋਂ ਦਸਾਂ ਹੀ ਗੱਲਾਂ ਤੋਂ ਪਹਿਲਾਂ ਇੱਕ ਟਰਾਲੀ ਲਿਆਉਂਦੀ ਫਿਰ ਦੂਜੀ ਲਿਆਉਂਦੀ ਹੁਣ ਇਹ ਟਰੈਕਟਰਾਂ ਦੀ ਰੇਲ ਬਣੀ ਆਊਗੀ ਅਤੇ ਉਹ ਜਿਹੜੀ 26 ਦੀ ਜਿਹੜੀ ਆ ਪਰੇਡ ਆ ਉਹਦੇ ਵਿੱਚ ਪਾਰਟੀਸਪੇਟ ਕਰੂਗੀ ਔਰ ਇਸ ਪਰੇਡ ਦੇ ਵਿੱਚ ਲੱਖਾਂ ਟਰੈਕਟਰ ਆਉਣਗੇ ਜਿੰਨੇ ਵੀ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਬਾਕੀ ਹੁਣ ਇਹ ਜਿਹੜੀ ਆ ਦੂਜੀ ਇਹ ਮੂਵਮੈਂਟ ਆ ਇਹ ਇਕੱਲਾ ਪੰਜਾਬ ਹਰਿਆਣੇ ਦਾ ਨਹੀਂ ਲੱਗਿਆ ਇਹਦੇ ਵਿੱਚ ਸਾਰੀਆਂ ਸਟੇਟਾਂ ਯੂਪੀ ਆ ਗਿਆ ਉੱਤਰਾਖੰਡ ਆ ਗਿਆ ਇੱਥੋਂ ਤੱਕ ਰਾਜਸਥਾਨ ਆ ਗਿਆ ਇੱਥੋਂ ਤੱਕ ਸਾਡੇ ਕੋਲ ਮਹਾਰਾਸ਼ਟਰ ਤੋਂ ਆ ਗਿਆ ਤਾਮਿਲਨਾਡੂ ਤੋਂ ਆ ਗਿਆ ਬੰਗਾਲ ਤੋਂ ਆ ਗਿਆ ਕੇਰਲ ਤੋਂ ਆ ਗਿਆ ਕਰਨਾਟਕਾ ਤੋਂ ਆ ਗਿਆ ਕਿਹੜੀ ਸਟੇਟ ਆ ਜਿੱਥੋਂ ਇਹ ਨਹੀਂ ਆਏ ਇਹ ਹੁਣ ਸਾਰੇ ਦੇਸ਼ ਦੀ ਮੂਵਮੈਂਟ ਬਣਦੀ ਜਾ ਰਹੀ ਹੈ ਜਿੱਦਾਂ ਜਿੱਦਾਂ ਮੋਦੀ ਇਹਨੂੰ ਮੰਨਣ 'ਚ ਲੇਟ ਹੋ ਰਿਹਾ ਓਨੀ ਇਹਦੇ ਮੂਵਮੈਂਟ ਹੋਰ ਮਗੇਗੀ ਤਾਂ ਇਹਦੀਆਂ ਮੋਦੀ ਦੀਆਂ ਜਿਹੜੀਆਂ ਜੜ੍ਹਾਂ ਆ ਓਨੀਆਂ ਹੀ ਪੱਟ ਕੇ ਤਾਂ ਉਹਨੂੰ ਕਰੀ ਜਾਂਦੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਹਰਿਆਣਾ BJP ਨੂੰ ਕੈਂਡੀਡੇਟ ਨਹੀਂ ਲੱਭੂਗਾ ਖੜ੍ਹਾ ਕਰਨ ਲਈ ਇਹਨਾਂ ਦੀਆਂ ਇਹ ਤਾਂ ਕਹਿੰਦੇ ਪੰਜਾਬ 'ਚ ਅਸੀਂ 22 'ਚ 117 ਸੀਟਾਂ ਲੈਣੀਆਂ ਇਹਨਾਂ ਨੂੰ ਜ਼ਮਾਨਤਾਂ ਜ਼ਬਤ ਕਰਾ ਕੇ ਤਰੋ ਇੱਕ ਵੀ ਕੈਂਡੀਡੇਟ ਨਹੀਂ ਜਿੱਤਣ ਦੇਵਾਂਗੇ।
ਉਦਾਂ ਅਗਰ ਗੱਲ ਕਰੀਏ ਗੀਤ ਤੁਸੀਂ ਪਹਿਲੇ ਵੀ ਗਾ ਰਹੇ ਸਨ ਪਰ ਮੈਂ ਨਹੀਂ ਚਾਹੁੰਦੀ ਤੁਸੀਂ ਗੀਤ ਗਾਓ ਤੁਸੀਂ ਗੱਲਾਂ ਬਹੁਤ ਸੋਹਣੀਆਂ ਕਰਦੇ ਹੋ ਹੈ ਨਾ ਅਤੇ ਜੇ ਆਪਾਂ ਗੱਲਾਂ ਕਰ ਰਹੇ ਹਨ ਤਾਂ ਹੁਣ ਤੁਹਾਨੂੰ ਕੀ ਲੱਗਦਾ ਜਦ ਇਸ ਮੂਵਮੈਂਟ ਦੀ ਗੱਲ ਕਰਦੀ ਇੱਕ ਨਵਾਂ ਪੰਜਾਬ ਉਭਰ ਕੇ ਸਾਹਮਣੇ ਪੂਰਾ ਹੀ ਦੇਸ਼ ਉਭਰ ਕੇ ਸਾਹਮਣੇ ਆਇਆ ਹੈ ਨਾ ਪੂਰਾ ਜਦ ਦੇਸ਼ ਦੀ ਗੱਲ ਕਰਦੇ ਸਭ ਹਰ ਕੋਈ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਅੱਗੇ ਆ ਰਿਹਾ ਅਤੇ ਇੱਥੇ ਤੁਸੀਂ ਕੀ ਸੋਚਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਭਾਰਤ ਦੇ ਵਿੱਚ ਕੀ ਕੁਛ ਚੇਂਜਸ ਆ ਸਕਦੇ ਨੇ ਇਹ ਇੱਕ ਬਹੁਤ ਵੱਡਾ ਭਗਤ ਸਿੰਘ ਦੇ ਸੁਪਨਿਆਂ ਦਾ ਜਦੋਂ ਉਹ ਆਜ਼ਾਦੀ ਦੀ ਲੜਾਈ ਲੜੀ ਸੀ ਉਹਨੇ ਕਿਹਾ ਸੀਗਾ ਵੀ ਆਜ਼ਾਦੀ ਆ ਜਾਣੀ ਆ ਪਰ ਜਿਹੜਾ ਸਿਸਟਮ ਹੈ ਉਹ ਚੇਂਜ ਨਹੀਂ ਹੋਣਾ ਹੁਣ ਇਹ ਜਿਹੜੀ ਹੈ ਇਹਦੇ ਨਾਲ ਜਿੰਨੇ ਵੀ ਭ੍ਰਿਸ਼ਟ ਹੈਗੇ ਆ ਵਜ਼ੀਰ MLA ਪਾਰਟੀਆਂ ਜਿੰਨੀਆਂ ਵੀ ਖੋਤੀ ਪਾਰਟੀਆਂ ਪਹਿਲੇ ਦਿਨ ਤੋਂ ਸਾਡੀ ਇਹ ਪਹੁੰਚ ਰਹੀ ਹੈ ਵੀ ਕਿਸੇ ਵੀ ਇਕੌਤੀ ਪਾਰਟੀ ਨੂੰ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਅਕਾਲੀ ਹੋਵੇ ਚਾਹੇ BJP ਨੂੰ ਤਾਂ ਬੋਲਣਾ ਕੀ ਆ ਚਾਹੇ ਆਮ ਆਦਮੀ ਹੋਵੇ ਅਸੀਂ ਕਿਸੇ ਵੀ ਪਾਰਟੀ ਦੇ ਮੈਂਬਰ ਨੂੰ ਆਪਣੀ ਸਟੇਜ 'ਤੇ ਬੋਲਣ ਨਹੀਂ ਦਿੱਤਾ ਔਰ ਅੱਗੇ ਲੋਕ ਪਿੰਡਾਂ 'ਚ ਜਦ ਕੋਈ MLA ਕੋਈ MP ਜਾਂਦਾ ਸੀਗਾ ਉਹ ਉਹਨਾਂ ਦੇ ਮਗਰ ਲੋਕ ਦੌੜਦੇ ਸੀ ਫੋਟੋ ਖਿਚਾਉਣ ਹੁਣ ਜਿਹੜੇ MP MLA ਹੈਗੇ ਆ ਜਾਂ ਵੱਡੇ ਲੀਡਰ ਉਹਨਾਂ ਦੇ ਪ੍ਰਧਾਨ ਆ ਉਹ ਕਿਸਾਨਾਂ ਨਾਲ ਫੋਟੋ ਕਰਾਉਣ ਲਈ ਤਰਸਦੇ ਆ ਕਿਸਾਨਾਂ ਦੀ ਗੱਲ ਕਰ ਰਹੇ ਹੋ ਤਾਂ ਕਿਸਾਨ ਭਾਈਚਾਰੇ ਲਈ ਜੋ ਗੀਤ ਤੁਸੀਂ ਟੱਪੇ ਸੁਣਾਏ ਸੀਗੇ ਦੋ ਲਾਈਨ ਹੋ ਜਾਏ ਇਹ ਕਿਸਾਨਾਂ ਦੇ ਮੈਂ ਇੱਕ ਦੋ ਟੱਪੇ ਸੁਣਾ ਦਿੰਦਾ ਉਹ ਗੀਤ ਇੱਧਰ ਸੁੱਤੇ ਪਏ ਦੇ ਦਿਮਾਗ 'ਚ ਆਈ ਬਈ ਸ਼ਿਕਾਰਾ ਕਿਉਂਕਿ ਮੇਰੀ ਹੋਬੀ ਰਹੀ ਬੋਲੀਆਂ ਪਾਉਣ ਦੀ ਬਹੁਤ ਬੋਲੀਆਂ ਸੁਣਾ ਦਿਓ ਨਹੀਂ ਉਹ ਬੋਲੀਆਂ ਹੁਣ ਮੈਂ ਮੋਦੀ 'ਤੇ ਨਹੀਂ ਮੈਂ ਉੱਦਾਂ ਜਾਣੀ ਕਿ ਇੱਕ ਅੱਧੀ ਤੁਹਾਨੂੰ ਸੁਣਾ ਦਊਂ ਪਰ ਜਿਹੜਾ ਦੂਜਾ ਇਹ 'ਤੇ ਮੈਂ ਗੀਤ ਹੀ ਬੋਲੂੰਗਾ ਕਿਉਂਕਿ ਢੁੱਕਵਾਂ ਉਹ ਹੈਗੀ ਆ ਬਈ ਕਿਸਾਨ ਦੇ ਸੰਬੰਧ 'ਚ ਹੀ ਬੇ ਇੱਕ ਪਾਸੇ ਫੌਜ ਲੜਦੀ ਦੂਜੇ ਪਾਸੇ ਵੇ ਮੋਰਚਾ ਤੇਰਾ ਭੁੱਖ ਨਾਲ ਡਟ ਕੇ ਲੜੀ ਜੱਟਾ ਧਨ ਵੇ ਹੌਂਸਲਾ ਤੇਰਾ ਇੱਕ ਪਾਸੇ ਫੌਜ ਲੜਦੀ ਹਾਲ ਤੇ ਪੰਜਾਲੀ ਤੇਰੇ ਤੋਪਾਂ ਨਾ ਘੱਟ ਵੇ ਹਾਲ ਤੇ ਪੰਜਾਲੀ ਤੇਰੇ ਤੋਪਾਂ ਨਾ ਘੱਟ ਵੇ ਇਹਨਾਂ ਵਾਜੋਂ ਕਿਸੇ ਦਾ ਵੀ ਲੰਘਦਾ ਨਹੀਂ ਝੱਟ ਵੇ ਫੌਜੀਆਂ ਦੀ ਛਾਉਣੀ ਵਾਂਗਰਾ ਵੇ ਫੌਜੀਆਂ ਦੀ ਛਾਉਣੀ ਵਾਂਗਰਾ ਕੁੰਡਲੀ ਬਾਰਡਰਾਂ 'ਤੇ ਲਾ ਲਿਆ ਡੇਰਾ ਇੱਕ ਪਾਸੇ ਫੌਜ ਲੜਦੀ ਦੂਜੇ ਪਾਸੇ ਵੇ ਮੋਰਚਾ ਤੇਰਾ ਮੋਦੀ ਨਾਲ ਡਟ ਕੇ ਲੜੇ ਕਿਸਾਨਾਂ ਧੰਨ ਹੋਏ ਹੌਂਸਲਾ ਤੇਰਾ ਇੱਕ ਪਾਸੇ ਫੌਜ ਲੜਦੀ ਮਿੱਟੀ ਵਿੱਚੋਂ ਦਾਣਿਆਂ ਦੀ ਜੱਟਾ ਸਦਾ ਕਰੇ ਪਾਲ ਹੋਏ ਮਿੱਟੀ ਵਿੱਚੋਂ ਦਾਣਿਆਂ ਦੀ ਜੱਟਾ ਸਦਾ ਕਰੇ ਪਾਲ ਹੋਏ ਹੌਂਸਲਾ ਨਾ ਹਾਰੀ ਜੱਟਾ ਰੱਬ ਤੇਰੇ ਨਾਲ ਵੇ ਫੌਜੀਆਂ ਦੀ ਛਾਉਣੀ ਵਾਂਗਰਾ ਕੁੰਡਲੀ ਬਾਰਡਰਾਂ 'ਤੇ ਲਾ ਲਿਆ ਡੇਰਾ ਇੱਕ ਪਾਸੇ ਫੌਜ ਲੜਦੀ ਦੂਜੇ ਪਾਸੇ ਵੇ ਮੋਰਚਾ ਤੇਰਾ ਵੇ ਫੌਜੀਆਂ ਦੀ ਛਾਉਣੀ ਵਾਂਗਰਾ ਟਿੱਕਰੀ ਬਾਰਡਰਾਂ 'ਤੇ ਦਿੱਲੀ ਨੂੰ ਪਾ ਲਿਆ ਘੇਰਾ ਇੱਕ ਪਾਸੇ ਫੌਜ ਲੜਦੀ ਦੂਜੇ ਪਾਸੇ ਵੇ ਮੋਰਚਾ ਤੇਰਾ ਵੇ ਮੋਦੀ ਨਾਲ ਡਟ ਕੇ ਲੜੇ ਜੱਟਾ ਧੰਨ ਵੇ ਹੌਂਸਲਾ ਤੇਰਾ ਮੋਦੀ ਨਾਲ ਡਟ ਕੇ ਲੜੇ ਧੰਨਵਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਹ ਸੀ ਸਾਡੇ ਨਾਲ ਦਿਲਜੀਤ ਦੋਸਾਂਝ ਦੇ ਚਾਚਾ ਜੀ ਜੋ ਦੱਸ ਰਹੇ ਸੀ ਕਿ ਇਹ ਲੜਾਈ ਜੋ ਹੈਗੀ ਹੈ ਇਹਨਾਂ ਦੀ ਕਿਸਾਨਾਂ ਦੀ ਸਰਕਾਰ ਦੇ ਨਾਲ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਹ ਕਿਸਾਨਾਂ ਦੇ ਹੋਣ ਦੇ ਨਾਲ ਨਾਲ ਪੂਰੇ ਭਾਰਤ ਦੇ ਹੋਣ ਦੇ ਲਈ ਜੋ ਹੈ ਜ਼ਰੂਰੀ ਹੈ ਕੈਮਰਾਮੈਨ ਦਵਿੰਦਰ ਦੇ ਨਾਲ ਨੀਰੂ ਬਜਰਵਾਨ ਫੈਕਟ ਨਿਊਜ਼ ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼